ਸਾਸ਼ਿਗਰੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪੰਜਾਬ ਪੁਲਿਸ ਦੇ ਅੰਦਰ ਕਨਸਟੇਬਲ ਦੀ ਵੈਕੈਂਸੀ ਆਈ ਹੈ ਜੀ 2024 ਦੀ ਤੇ ਜਿਸ ਦੇ ਬਰਕੀ ਫਾਰਮ ਭਰਨੇ ਸਟਾਰਟ ਹੋ ਗਿਆ ਜੀ ਤੇ ਤੁਹਾਨੂੰ ਪਤਾ ਹੈ ਕਿ ਆਨਲਾਈਨ ਮੋੜ ਨਹੀਂ ਫਾਰਮ ਭਰੇ ਜਾ ਰਹੇ ਆ ਜੀ ਤੇ ਬਾਕੀ ਮੈਂ ਡਿਟੇਲ ਦੇ ਵੀ ਵੀਡੀਓ ਪਹਿਲਾਂ ਵੀ ਬਣਾਈ ਹੋਈ ਹੈ ਜੀ ਕੀ 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 ਕੁਆਲਿਫੀਕੇਸ਼ਨ ਚਾਹੀਦੀ ਹੈ ਕਿੱਦਾਂ ਅਪਲਾਈ ਕਰਨਾ ਕਿੰਨੀਆਂ ਪੋਸਟ ਆਈਆਂ ਨੇ ਜੀ ਤੇ ਡਿਸਟ੍ਰਿਕਟ ਤੇ ਆਮ ਕੇਡਰ ਦੀ ਵੈਕੈਂਸੀ ਆ ਜੀ ਜਿੱਦਾਂ ਬਲਕਿ ਡਿਸਟ੍ਰਿਕਟ ਦੀ ਵੱਖਰੀ ਹੁੰਦੀ ਹੈ ਆਮ ਕੇਡਰ ਦੀ ਵੱਖਰੀ ਹੈ ਜੀ ਤੇ ਉਹ ਅਕੋਰਡਿੰਗ ਕੇ ਮ੍ਰਕੀਦਾਰ ਪਤਾ ਕਿ ਮੁੰਡੇ ਤੇ ਕੁੜੀਆਂ ਦੋਨੋਂ ਹੀ ਐਲੀਜੀਬਲ ਹੈਗੇ ਆ ਜੀ ਤੇ ਕੈਟਾਗਰੀ ਵਾਈਜ਼ ਪੋਸਟਾਂ ਦੀ ਵੰਡ ਕੀਤੀ ਗਈ ਹੈ ਜੀ ਤੇ ਆਪਾਂ ਦੇਖਾਂਗੇ ਇਹਦੇ ਸਿਲੈਕਸ਼ਨ ਪ੍ਰੋਸੈਸ ਆ ਜੀ ਉਹ ਕਿੱਦਾਂ ਵਾ ਠੀਕ ਹੈ ਕਿੱਦਾਂ ਸਿਲੈਕਸ਼ਨ ਹੋਣੀ ਆ ਠੀਕ ਹੈ ਜੀ ਕਿਹਦੇ ਕਿਹਦੇ ਨੰਬਰ ਲੱਗਣੇ ਆ ਕੀ ਪੜਨਾ ਵਾ ਕੀ ਸਿਲੇਬਸ ਆ ਬਹੁਤ ਦੱਸਾਂਗੇ ਜੀ ਹੁਣ ਤਾਂ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਹੋਊਗਾ ਕਿ ਪਲੱਸ 2 ਪਾਸ ਵਾਲਾ ਕੈਂਡੀਡੇਟ ਐਲੀਜੀਬਲ ਆ ਜੀ ਠੀਕ ਹੈ ਜੀ ਤਨਖਾਹ ਬਾਰੇ ਪਤਾ ਵਾ ਬਾਕੀ ਇਹਦਾ ਮੇਨ ਕੰਮ ਹੈਗਾ ਜੀ ਹੁਣ ਜਿੱਦਾਂ ਸਭ ਕਾ ਇੰਡੀਆ ਨੇ ਅਪਲਾਈ ਕਰਤਾਊਗਾ ਵੈਸੇ ਮੈਂ ਅਪਲਾਈ ਕਰਨ ਦੀ ਵੀਡੀਓ ਆਈ ਬਟਨ ਤੇ ਮੈਂਸ਼ਨ ਕਰਦਾਗਾ ਜੀ ਤੇ ਜਿਹੜੀ ਤੁਹਾਨੂੰ ਮਿਲ ਜੇਗੀ ਜੀ ਤੇ ਉਸ ਤੋਂ ਮਿਲ ਕੇ ਵੀਡੀਓ ਤੋਂ ਦੇਖ ਕੇ ਤੁਸੀਂ ਅਪਲਾਈ ਕਿੱਦਾਂ ਕਰਨਾ ਤੁਸੀਂ ਕਰ ਸਕਦੇ ਹੋ ਜੀ ਤੇ ਜਿਹੜੇ ਵੀ ਕੈਂਡੀਡੇਟ ਮਿਲ ਕੇ ਰਹਿ ਗਏ ਆ ਜੀ ਉਹ ਆਪਣਾ ਕਰ ਸਕਦੇ ਆ ਜੀ ਤੇ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਫਿਜ਼ੀਕਲ ਦੇ ਵਾਸਤੇ ਤੁਹਾਡਾ ਜਿਹੜਾ ਕੱਦ ਆ ਜੀ 5 ਫੁੱਟ 6 ਇੰਚ ਚਾਹੀਦਾ ਏ ਮੁੰਡੇ ਵਾਸਤੇ ਤੇ ਕੁੜੀਆਂ ਵਾਲੀ ਚਾਹੀਦਾ ਜੀ 5 ਫੁੱਟ 2 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਜਿਹੜਾ ਇਹਦਾ ਉਹਨਾ ਪੇਪਰ ਠੀਕ ਆ ਸਭ ਤੋਂ ਪਹਿਲਾਂ ਤੇ ਪੇਪਰ ਦੇ ਬੇਸ ਤੇ ਹੀ ਤੁਹਾਡੀ ਸਿਲੈਕਸ਼ਨ ਹੋਣੀ ਆ ਜੀ ਤੇ ਜਿਹੜਾ ਤੁਹਾਡਾ ਫਿਜ਼ੀਕਲ ਆ ਜੀ ਕੁਆਲੀਫਾਈ ਨੇਚਰ ਦਾ ਮਤਲਬ ਕਿ ਫਿਜ਼ੀਕਲ ਤੁਸੀਂ ਮਿਲਕੀ ਭਾਵੇਂ ਰੇਸ ਆ ਜੋ ਕੋਈ ਵੀ ਆ ਭਾਵੇਂ ਤੁਹਾਡਾ ਕਾਦਾ ਕੋਈ ਚੱਕਰ ਨਹੀਂ ਉਹ ਮੈਟਰ ਤੋਂ ਨੰਬਰ ਨਹੀਂ ਲੱਗਣੇ ਬਸ ਜੋ ਰਿਕੁਆਇਰਮੈਂਟ ਮਿਲਕੀ ਨੋਟੀਫਿਕੇਸ਼ਨ ਦਿੱਤੀ ਗਈ ਉਹਦੇ ਅਕੋਰਡਿੰਗ ਤੁਹਾਡੀ ਫੁੱਲਫਿਲ ਹੈਗੀ ਆ ਕੰਡੀਸ਼ਨ ਤਾਂ ਤੁਸੀਂ ਐਲੀਜੀਬਲ ਹੋ ਠੀਕ ਆ ਜਿਸ ਦਾ ਉਹ ਜਿਹੜਾ ਪੇਪਰ ਆ ਜੀ ਪੇਪਰ ਦੇ ਵਿੱਚ ਜਿਆਦੇ ਨੰਬਰ ਹੋਣਗੇ ਤੁਹਾਡੀ ਸਿਲੈਕਸ਼ਨ ਹੋ ਜਿਆਦੀ ਚਾਂਸ ਹੋ ਜਾਣਗੇ ਪਹਿਲੀ ਗੱਲ ਇਹ ਹੈ ਕਿ ਦੋ ਪੇਪਰ ਹੋਣਗੇ ਇਕੱਠੇ ਪੇਪਰ ਹੋਣਗੇ ਤੇ ਕੰਪਿਊਟਰ ਬੇਸਡ ਤੁਹਾਡਾ ਪੇਪਰ ਹੋਣਾ ਜੀ ਸਭ ਤੋਂ ਪਹਿਲਾਂ ਤੁਹਾਡਾ ਮੇਨ ਪੇਪਰ ਹੁੰਦਾ ਜੀ ਠੀਕ ਹੈ 2 ਘੰਟੇ ਦਿੱਤਾ ਜਾਂਦਾ ਜੀ ਉਹਦੇ ਨੈਕ ਨਹੀਂ ਮਾਰਗੇ ਤੁਹਾਡੀ ਵੈਸੇ ਨਹੀਂ ਹੁੰਦੀ ਕਨਸਟੇਬਲ ਦੇ ਅੰਦਰ ਤੇ ਜਿਹਦੇ ਵਿੱਚ ਤੁਹਾਨੂੰ ਮਿਲ ਕੀ ਆਪਣਾ ਜਨਰਲ ਨੌਲੇਜ ਮੈਥ ਰੀਜ਼ਨਿੰਗ ਹੋ ਗਿਆ ਪੀ ਇੰਗਲਿਸ਼ ਹੋ ਗਿਆ ਪੰਜਾਬੀ ਹੋ ਗਿਆ ਜਨਰਲ ਅਵੇਅਰਨੈਸ ਹੋ ਗਿਆ ਕੰਪਿਊਟਰ ਹੋ ਗਿਆ ਇਹ ਉਹੜਾ ਵਾ ਤੇ ਦੂਜਾ ਜਿਹੜਾ ਪੇਪਰ ਹੁੰਦਾ 50 ਨੰਬਰ ਦਾ ਉਹ ਹੁੰਦਾ ਵਾ ਆਪਣਾ ਪੰਜਾਬੀ ਦਾ ਕੁਆਲੀਫਾਈ ਨੇਚਰ ਦਾ ਤੇ ਜਿਹਦੇ ਵਿੱਚ ਮਿਲ ਕੇ ਜੀ 50 ਸਵਾਲ ਆਉਂ ਇਹਦਾ 100 ਨੰਬਰ ਦਾ ਪੇਪਰ ਹੁੰਦਾ ਜੀ ਉਹਦੇ ਜਰਨਲ ਨੌਲੇਜ ਆਉਂਦੀ ਹੈ 35 ਦੀ ਮੈਥ ਹੁੰਦਾ 20 ਦਾ ਰੀਜ਼ਨਿੰਗ ਉਹਦਾ 20 ਦੀ ਜੀ ਇੰਗਲਿਸ਼ ਤੇ ਪੰਜਾਬੀ 10-10 ਦੇ ਤੇ ਜਿਹੜੇ ਆਪਣਾ ਹੈਗਾ ਜੀ ਆਪਣਾ ਕੰਪਿਊਟਰ ਹੋਗਾ 5 ਨੰਬਰ ਦਾ ਆਉਦਾ ਵਾ ਠੀਕ ਆ ਜੀ ਤੇ ਵੈਸੇ ਵੀ ਤਾਂ ਸੌਖਾ ਹੁੰਦਾ ਪੇਪਰ ਜੇ ਤੁਸੀਂ ਪੁਰਾਣੇ ਐਨਾਲਿਸਿਸ ਦੇਖੋਗੇ ਜੀ ਉਹ ਵੀ ਮੈਂ ਹਾਈ ਬਟਨ ਤੇ ਮੈਂਸ਼ਨ ਕਰਦਾਗਾ ਜੀ ਤੇ ਤੁਸੀਂ ਮਨ ਕੇ ਪੁਰਾਣੇ ਦੇਖਿਓ ਪੇਪਰ ਦੇ ਕੀ ਕੀ ਸਵਾਲ ਪੁੱਛੇ ਜਾ ਰਹੇ ਸੀ ਕਿਹੜੇ-ਕਿਹੜੇ ਆ ਰਹੇ ਸੀ ਉਹ ਤੁਸੀਂ ਪੜ ਲੈਣੇ ਜੀ ਵੈਸੇ ਪੇਪਰ ਜ਼ਿਆਦਾ ਔਖਾ ਨਹੀਂ ਹੁੰਦਾ ਸਿਲੇਬਸ ਦਿੱਤਾ ਹੋਇਆ ਵਾ ਸਿਲੇਬਸ ਵੀ ਤੁਸੀਂ ਇਹ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਗਰੁੱਪ ਤੇ ਪਾ ਦਾਂਗਾ ਜੀ ਇਹ ਵੀਡੀਓ ਜਿਹੜੀ ਆਉਂਗੀ ਜੀ ਉਹਦੇ ਨੀਚੇ ਹੀ ਤੁਹਾਨੂੰ ਪੀਡੀਐਫ ਮਿਲ ਜਾਊਗਾ ਤੇ ਜਿਹੜਾ ਹੈਗਾ ਜੀ ਤੁਹਾਡਾ ਗੇਮਸ ਆਪਣੇ ਹੋ ਗਿਆ ਗੇਮਸ ਹੋ ਗਿਆ ਕੋਈ ਵੀ ਕਰੰਟ ਅਫੇਅਰ ਹੈਗਾ ਜੀ ਉਹ ਜਿੰਦਾ ਜਿਹੜਾ ਟੌਪਿਕ ਦੱਸਿਆ ਹੋਇਆ ਨਾ ਕਰੰਟ ਅਫੇਅਰ ਦੇ ਅਕੋਰਡਿੰਗ ਉਹਦਾ ਹੀ ਸੇਮ ਆ ਜਿੰਦਾ ਕਨਸਟੀਟਿਊਸ਼ਨ ਵਿੱਚ ਕੋਈ ਆਰਟੀਕਲ ਕਿਹੜਾ ਹੈਗਾ ਜੀ ਆਰਟੀਕਲ ਕਿੰਨਾ ਸੰਬੰਧਿਤ ਆ ਠੀਕ ਆ ਕਿੰਨੇ ਮੈਂਬਰ ਹੁੰਦੇ ਆ ਕਿੰਨੇ ਰਸਵਾ ਮੈਂਬਰ ਹੁੰਦੇ ਆ ਜਦੋਂ ਆਪਣੇ ਪੰਜਾਬ ਦੀ ਇਕਨੋਮੀ ਨਾਲ ਰਿਲੇਟਡ ਜਾਂ ਫੀਚਰਸ ਨਾਲ ਹੋਵੇ ਕਿ ਕਿਥੋਂ ਦੀ ਮਰਦ ਕਿੱਥੇ ਮਿਲਕੀ ਹੈ ਗਿਆ ਸਿੱਖ ਦੀ ਸਿੱਖਾਂ ਦੀ ਗਿਣਤੀ ਜ਼ਿਆਦਾ ਵਾ ਕਿੱਥੇ ਮੁਸਲਮਾਨ ਦੀ ਗਿਣਤੀ ਜ਼ਿਆਦੀ ਆ ਸਾਖਰਤਾ ਦਰ ਕਿੰਨੀ ਆ ਕਿੱਥੇ ਪੜੇ ਲਿਖੇ ਆ ਇਦਾਂ ਪੁੱਛਿਆ ਜਾਂਦਾ ਦੀ ਭਾਰਤ ਦੇ ਪੰਜਾਬ ਦੇ ਉਹਦੇ 24 ਦੇ ਵੀਰ ਕੀ ਪੁੱਛੇਗੇ 23 ਦੇ ਪੁੱਛੇ ਗਿਆ ਸੀ ਜਿਹੜਾ ਜਨਸਖਰ ਅਕੋਰਡਿੰਗ ਤੇ ਬਾਕੀ ਆ ਕੀ ਐਨਾਲਿਸਿਸ ਜਿਹੜੀ ਵੀਡੀਓ ਬਣਾਇਉਗੀ ਬਹੁਤ ਸਾਰੇ ਸਵਾਲ ਜਿਹੜੇ ਹੋਣਗੇ ਤੁਹਾਨੂੰ ਰਿਪੀਟ ਕਰ ਰਿਪੀਟ ਹੋਏ ਮਿਲਣਗੇ ਦੀ ਬਾਕੀ ਰੀਜ਼ਨਿੰਗ ਮੈਥ ਵੀ ਈਜ਼ੀ ਹੁੰਦਾ ਵਜੀ ਪੰਜਾਬੀ ਵੀ ਸੌਖੀ ਹੁੰਦੀ ਹੈ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਰ ਲੋਗੇ ਆਰਾਮ ਨਾਲ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ ਜੀ ਤੇ ਬਾਕੀ ਇਹ ਜੇ ਆਪਾਂ ਗੱਲ ਕਰਦੇ ਹਾਂ ਜੀ ਨਾਰਮਲਾਈਜੇਸ਼ਨ ਹੋਊਗੀ ਜੀ ਤੇ ਤੁਸੀਂ ਮੰਨ ਸਕਦੇ ਹੋ ਕਿ ਤੁਹਾਡੇ ਨੰਬਰ ਆ ਜੀ ਇਹ ਵਾਧ ਹੀ ਸਕਦੇ ਆ ਜੀ ਘਟ ਦੇਣੇ ਹੁੰਦੇ ਤੇ ਬਾਕੀ ਇਹ ਕਿ ਜਿਹੜੇ ਤੁਹਾਡੀ ਕੱਟਆਫ ਹੋਊਗੀ ਜੀ ਠੀਕ ਆ ਜੀ ਉਹ ਤੁਹਾਡੇ ਜਿਹਨੇ ਵੀ ਕੈਂਡੀਡਸ ਪੇਪਰ ਦੇਣਗੇ ਉਹਦੇ ਅਕੋਰਡਿੰਗ ਜਿੰਨੀ ਕਾਲ ਨੇ ਹੈ ਵੈਕੈਂਸੀ ਆ ਉਹਦੇ ਅਕੋਰਡਿੰਗ ਜਿੰਨਾਂ ਦੇ ਵੱਧ ਨੰਬਰ ਆਉਣਗੇ ਕੈਂਡੀਡਸ ਬਣਾਉਣਗੇ ਜੀ ਤੇ ਤੁਹਾਨੂੰ ਪਤਾ ਕਿ 10 ਗੁਣਾ ਕਿਹੜਾ 5 ਗੁਣਾ ਕੈਂਡੀਡੇਟਸ ਬਲਾ ਲੈਂਦੇ ਫਿਜ਼ੀਕਲ ਵਾਸਤੇ ਉਦੋਂ ਜਿਹੜੇ ਕੈਂਡੀਡੇਟ ਫਿਜ਼ੀਕਲ ਪਾਸ ਹੁੰਦੇ ਆ ਫਿਰ ਉਹਨਾਂ ਚਾਦੇ ਚਾਂਸ ਹੋ ਜਾਂਦੇ ਆ ਕਿ ਫਿਜ਼ੀਕਲ ਜਿਹੜੇ ਪਾਸ ਹੋ ਗਿਆ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਵਧੀਆ ਨੰਬਰ ਦਿੰਦੇ ਹਨ ਉਹ ਫਿਜ਼ੀਕਲ ਦੇ ਵਿੱਚੋਂ ਹੀ ਲੱਜ ਜਾਂਦੇ ਆ ਤੇ ਜਿਹੜਾ ਤਰਾ ਜਿੱਦਾਂ ਹੁਣ ਮਨਣਾ ਫਰਸਟ ਪੇਪਰ ਹੈ ਤੁਹਾਡਾ ਠੀਕ ਆ ਜੀ ਜਿਹੜੇ ਕੈਂਡੀਡੇਟ ਨੇ ਪੇਪਰ ਦਿੱਤਾ ਕੈਂਡੀਡੇਟਸ ਮਨ ਕੀ ਪੇਪਰ ਦੇ ਵਿੱਚ ਪਾਸ ਹੋ ਗਿਆ ਠੀਕ ਆ ਕੀ ਕੁਆਲੀਫਾਈ ਹੋ ਗਿਆ ਫਿਜ਼ੀਕਲ ਵਾਸਤੇ ਤਾਂ ਸਭ ਤੋਂ ਪਹਿਲਾਂ ਜਾਂਦੇ ਆ ਸਰਦਾਰ ਟੈਸਟ ਹੋਣਾ ਜੀ ਤੁਹਾਡੀ ਹਾਈ ਤੇ ਹਾਈਡ ਮਾਪਰ ਦੱਸਿਆ ਕਿ ਮੁੰਡਿਆਂ ਦੀ 5-7 ਤੇ ਕੁੜੀਆਂ ਦੀ 5-2 ਮੰਗਦੇ ਆ ਜੀ ਉਸ ਤੋਂ ਬਾਅਦ ਤੁਹਾਡੀ ਫਿਰ ਹੁੰਦੀ ਹੈ ਜੀ ਰਨਿੰਗ ਠੀਕ ਆ ਜੀ ਤੇ ਰਨਿੰਗ ਤੁਹਾਨੂੰ ਮਿਲ ਕੀ ਦਿੱਤੇ ਆ ਤੇ 1600 ਮੀਟਰ ਰੇਸ ਹੁੰਦੀ ਆ ਜੀ 6 ਮਿੰਟ ਤੇ 30 ਸੈਕਿੰਡ ਦਿੱਤੇ ਜਾਂਦੇ ਆ ਜੀ ਇੱਕੋ ਚਾਂਸ ਦਿੱਤਾ ਜਾਂਦਾ ਜੀ ਉਸ ਤੋਂ ਬਾਅਦ ਤੁਹਾਡਾ ਲੌਂਗ ਜੰਪ ਦਹਾਈ ਜੰਪ ਹੁੰਦਾ ਸੀ ਤਿੰਨ ਤਿੰਨ ਚਾਂਸ ਦਿੱਤੇ ਆਂਦੀ ਆ ਜੀ ਲੌਂਗ ਜੰਪ ਹੁੰਦਾ ਜੀ 3.80 ਮੀਟਰ ਦਾ ਤੇ ਹਾਈ ਜੰਪ ਤਾਂ ਜੀ 1.10 ਮੀਟਰ ਦਾ ਠੀਕ ਆ ਇਹਦੇ ਵੀ ਤਿੰਨ ਚਾਂਸ ਹੁੰਦੇ ਆ ਜੀ ਤੇ ਜੇ ਮੰਨ ਲਓ ਕਿ ਕੋਈ ਐਕਸਰਸ ਮੈਨ ਦਾ 35 ਸਾਲ ਤੋਂ ਵੱਧ ਆ ਜੀ ਉਹਦੀ 1400 ਮੀਟਰ ਰੇਸ ਆ ਦੀ 12 ਮਿੰਟ ਦਿੱਤੇ ਜਾਂਦੇ ਆ ਤੇ ਦਾਹ ਉਹਨਾਂ ਦੇ ਵਾਲੇ ਕੀ ਹੁੰਦੇ ਆ ਜੀ ਆਪਣੇ ਉੱਠ ਬੈਠ ਕਾ ਹੁੰਦੀਆਂ ਜੀ ਉਹਦੋਂ ਜੇ ਪੁਸ਼-ਅਪ ਹੁੰਦੇ ਆ ਤੇ ਅੱਜ ਦਾ ਮੰਨ ਲਓ ਕਿ ਆਪਣੇ ਬਾਕੀ ਇਹ ਐਕਸਰਸ ਮੈਨ ਤੇ ਡਿਪੈਂਡ ਹੁੰਦਾ ਵਾ ਕਿ ਉਹਨਾਂ ਦੇ ਕੀ ਕੀ ਕਰਦਾ ਵਾ ਕਿਉਂਕਿ ਜਿਹੜਾ ਉਹਨਾਂ ਦਾ ਜਿਹੜਾ ਸਕੁਐਟਸ ਦੀ ਜਿਹੜੇ ਹੁੰਦੇ ਤੇ ਆਂਦੇ ਆ ਜੀ ਉਹ 10 ਫੁੱਲ ਜਿਹੜੀ ਡੰਡ ਵਗੈਰਾ ਦੀ ਹੁੰਦੀ ਆ ਉਹ ਇੱਕੋ ਚਾਂਸ ਦਿੱਤਾ ਜਾਂਦਾ ਜੀ ਤੇ ਫੀਮੇਲ ਸਟੂਨ ਜਿਹੜੀ ਆਪਣੀ ਫਿਜ਼ੀਕਲ ਦੇ ਰਿਗਾਰਡਿੰਗ ਦੇ ਆਪਾਂ ਗੱਲ ਦੇਖਦੇ ਹਾਂ ਜੀ ਇਹਨਾਂ ਦੀ 800 ਮੀਟਰ ਰੇਸ ਨੂੰ ਦੇ 4 ਮਿੰਟ ਦਿੱਤੇ ਜਾਂਦੇ ਆ 4 ਮਿੰਟ 30 ਸੈਕਿੰਡ ਤੇ ਲੋਕ ਜੈਂਪ ਹੁੰਦਾ ਜੀ ਉਹਨਾਂ ਦਾ 3 ਮੀਟਰ ਦਾ ਹਾਈ ਜੈਂਪ ਹੁੰਦਾ 0.95 ਮੀਟਰ ਦਾ ਜੇ ਆਪਾਂ ਜੀ ਐਕਸਰਸ ਮੈਨ ਕੁੜੀ ਦੀ ਗੱਲ ਕਰਦੇ ਹਾਂ ਜੀ 800 ਮੀਟਰ ਰੇਸ ਨੂੰ ਦੇ 6 ਮਿੰਟ ਦਿੱਤੇ ਜਾਂਦੀ ਹੈ ਜੀ ਉਹਨਾਂ ਦਾ ਤੇ ਬਾਕੀ ਉਹਨਾਂ ਦਾ ਕੋਈ ਫਿਜ਼ੀਕਲ ਨਹੀਂ ਹੁੰਦਾ ਜਿਹੜਾ ਵੀ ਕੈਂਡੀਡੇਟ ਫਿਜ਼ੀਕਲ ਟੈਸਟ ਪਾਸ ਕਰ ਲੈਂਦਾ ਜੀ ਉਸ ਤੋਂ ਬਾਅਦ ਉਹਨਾਂ ਦੀ ਲਿਸਟ ਬਣਦੀ ਹੈ ਕਿ ਜਿਹੜੇ ਜਿਹੜੇ ਕੈਂਡੀਡੇਟ ਪ ਕਵਾਲਿਫਾਈ ਹੋ ਜਾਂਦੇ ਆ ਜੀ ਫਿਰ ਕਟ-ਆਫ ਬੰਦੀ ਨਵੀਂ ਠੀਕ ਆ ਜੀ ਤੇ ਜਿੱਦਾਂ ਮੰਨ ਲਓ ਕਿ ਜਿਹੜੀ ਪੇਪਰ ਤੋਂ ਬਾਅਦ 70 ਦੀ ਕਟ-ਆਫ ਗਈ ਹੁੰਦੀ ਹੈ ਨਾ ਤੇ ਉਸ ਤੋਂ ਐਸਟੀਮੇਟ ਤੁਸੀਂ ਲਾ ਸਕਦੇ ਹੋ ਕਿ ਦੋ ਤੋਂ ਦੋ ਤਿੰਨ ਚਾਰ ਨੰਬਰ ਘਟ ਜਾਂਦੇ ਆ ਠੀਕ ਆ ਜੀ ਤਾਂ ਜਿੱਦਾਂ ਹੁਣ ਮੰਨ ਲਓ ਕਿ ਕਈ ਕੈਂਡੀਡੇਟਸ ਕੈਂਡੀਡੇਟਸ ਹੁੰਦੇ ਜਿਹਨਾਂ ਦੇ ਨੰਬਰ ਜਰਨਲ ਜਿੰਨੇ ਹੁੰਦੇ ਉਹ ਜਰਨਲ ਕੈਟਾਗਰੀ ਚ ਆ ਜਾਂਦੇ ਆ ਤੇ ਉਹਨਾਂ ਦੀ ਕੈਟਾਗਰੀ ਦੀ ਸ਼ੀਟ ਜਿਹੜੀ ਬਣ ਜਾਂਦੀ ਆ ਜਿੱਦਾਂ ਮੰਨ ਲਓ ਕਿ ਐਸਟੀਮੇਟ ਅਕੋਰਡਿੰਗ ਮੰਨ ਲਓ ਕਿ ਕਿਸੇ ਕੈਂਡੀਡੇਟ ਦੇ 70 ਨੰਬਰ ਸੀ ਤੇ ਜਰਨਲ ਦੇ ਕਿਸੇ ਕੈਂਡੀਡੇਟ 60 ਨੰਬਰ ਸੀ ਜਿਹੜਾ ਐਸਸੀ ਕੈਟਾਗਰੀ ਵਾਲਾ ਬੰਦਾ ਉਹ ਜਰਨਲ ਕੈਟਾਗਰੀ ਚ ਆ ਜਾਏਗਾ ਤੇ ਜਿਹੜਾ ਐਸਸੀ ਕੈਟਾਗਰੀ ਦੀ ਕੋਈ ਹੋਰ ਪਰਸਨ ਜਿਹਦੇ ਨੰਬਰ ਤੋਂ ਘੱਟ ਹੋਣਗੇ 70 ਤੋਂ ਉਹਦੀ ਸਿਲੈਕਸ਼ਨ ਹੋ ਜੂਗੀ ਉਹਦੀ ਕੈਟਾਗਰੀ ਚ ਤੇ ਜਿਹੜਾ ਦੂਜਾ ਕੈਂਡੀਡੇਟ ਐਸਸੀ ਵਾਲਾ ਉਹ ਜਰਨਲ ਕੈਟਾਗਰੀ ਚ ਆ ਜਾਏਗਾ ਉਸ ਤੋਂ ਬਾਅਦ ਪਹਿਲੇ ਨੰਬਰ ਦਾ ਤੁਹਾਡਾ ਪੇਪਰ ਹੋਇਆ ਉਸ ਤੋਂ ਬਾਅਦ ਫਿਜ਼ੀਕਲ ਹੋਇਆ ਉਸ ਤੋਂ ਬਾਅਦ ਆ ਡਾਕੂਮੈਂਟ ਚੈੱਕ ਹੁੰਦੇ ਆ ਜੀ ਡਾਕੂਮੈਂਟ ਚੈੱਕ ਹੋਣ ਤੋਂ ਬਾਅਦ ਆਡਾ ਬਣ ਕੀ ਮੈਡੀਕਲ ਵਾਸਤੇ ਬੁਲਾਉਂਦੇ ਆ ਜੀ ਠੀਕ ਆ ਜੀ ਫਿਰ ਉਸ ਤੋਂ ਬਾਅ ਕਰ ਦੇ ਲੱਗ ਕualiਫਿਕੇਸ਼ਨ ਦੀ ਇਹਨਾਂ ਦੀ ਚੈਕਿੰਗ ਹੁੰਦੀ ਆ ਉਸ ਤੋਂ ਬਾਅਦ ਅਨ ਜੁਆਇਨਿੰਗ ਲੈਟਰ ਮਿਲ ਦਿੰਦੇ ਆ ਜੀ ਬਾਕੀ ਸਿਲੇਬਸ ਵੀ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਕੀ ਆਨਲਾਈਨ ਅਪਲਾਈ ਹੁਣ ਸਟਾਰਟ ਹੋ ਗਿਆ ਜਿਨ੍ਹਾਂ ਪਲੱਸ 2 ਕੀਤੀ ਹੋਈ ਆ ਠੀਕ ਆ ਜੀ ਤੇ ਜਿਹੜੀ ਇਸ ਦੀ ਲਿਮਿਟ ਆਪਣੀ ਜਿਹੜੀ ਕੀ ਦਿੱਤੀ ਹੋਈ ਆ ਸ਼ੋਰਟ ਉਹ ਉਹਦੇ ਅਕੋਰਡਿੰਗ ਐਲੀਜੀਬਲ ਹੈਗੇ ਆ ਮਣ ਕੇ ਕੁਆਲਿਫਿਕੇਸ਼ਨ ਜਾਂ ਆਪਣੀ ਰਿਕੁਆਇਰਮੈਂਟ ਫੁੱਲਫਿਲ ਕਰਦੇ ਹੋ ਅਪਲਾਈ ਕਰ ਸਕਦੇ ਆ ਜੀ ਤੇ ਬਾਕੀ ਆਪਾਂ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਆਂ ਜੀ ਉਹ ਤੁਹਾਨੂੰ ਪਤਾ ਹੀ ਹੋਊਗਾ ਐਪਲੀਕੇਸ਼ਨ ਦੀ ਐਗਜ਼ਾਮੀ ਫੀਸ ਹੁੰਦੀ ਆ ਜੀ ਜਨਰਲ ਦੀ 1150 ਆ ਜੀ ਤੇ ਐਕਸੈਸ ਮੈਨਟ ਹੈਗੇ ਆ ਜੀ ਤੇ ਉਹਨਾਂ ਦਾ ਡਿਪੈਂਡੈਂਟ ਹੈਗੇ ਆ ਜੀ 500 ਆ ਜਿਹੜੇ ਐਸਸੀਐਸਟੀ ਦੇ ਬੀਸੀ ਕੈਟਾਗਰੀ ਵਾਲੇ ਹੈਗੇ ਆ ਜੀ ਉਹਨਾਂ ਦੀ 650 ਆ ਇਕਨੋਮੀ ਵੀਕ ਸੈਕਸ਼ਨ ਦੀ ਵੀ 650 ਆ ਜੀ ਤੇ ਆਨਲਾਈਨ ਮੋਡ ਰਹੀ ਮਿਲਗੀ ਫਾਰਮ ਭਰੇ ਜਾ ਰਹੇ ਆ ਜੀ ਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹਦਾ ਦੀ ਕਰ ਸਕਦਾ ਆ ਜੀ ਏਸੀ ਇਨਫੋਰਮੇਸ਼ਨ ਕੀ ਸਿਲੈਕਸ਼ਨ ਪ੍ਰੋਸੈਸ ਦੇ ਰਿਗਾਰਡਿੰਗ ਤੇ ਜਿਹੜਾ ਵੀ ਕੈਂਡੀਡੇਟਸ ਅਮਰੀਕੀ ਆਪਣੇ ਵਧੀਆ ਅਮਰੀਕੀ ਕੋ ਸਟੱਡੀ ਹੈ ਗਿਆ ਤੇ ਰਿਕੁਆਇਰਮੈਂਟ ਫੁੱਲ ਆਪਣੀ ਜਿਹੜੀ ਹੈ ਗਿਆ ਰਿਸ ਹੋ ਗਿਆ ਆਪਣਾ ਲੌਂਗ ਜੰਪ ਸਾਰਾ ਕੁਝ ਕੱਢ ਸਕਦਾ ਤਾਂ ਅਪਲਾਈ ਕਰ ਸਕਦਾ ਵਾ ਜੇ ਉਹ ਮਨਕੀ ਐਲੀਜੀਬਲਟੀ ਪੂਰੀ ਕਰਦਾ ਵਾ ਠੀਕ ਹੈ ਜੀ ਕਿਉਂਕਿ ਕਈ ਜਣੇ ਨੂੰ ਡਾਊਟ ਸੀ ਕਿ ਜਦੋਂ ਪਹਿਲਾ ਪ੍ਰੋਸੈਸ ਹੁੰਦਾ ਸੀ ਕਿ ਤੁਹਾਡੇ ਰਨਿੰਗ ਦੇ ਹੋਗੇ ਤੁਹਾਡੀ ਹਾਈਟ ਦੇ ਨੰਬਰ ਲੱਗਦੇ ਹੁੰਦੇ ਸੀ ਕੋਈ ਪੇਪਰ ਨਹੀਂ ਹੁੰਦਾ ਸੀ ਉਸ ਸਟੇਪਸ ਹਗਾ ਸੀ ਕਿ ਤੁਹਾਡੇ ਫਿਜ਼ੀਕਲ ਦੇ ਨੰਬਰ ਲੱਗਦੇ ਸੀ ਹੁਣ ਤੁਹਾਡੇ ਫਿਜ਼ੀਕਲ ਦੇ ਨੰਬਰ ਨਹੀਂ ਲੱਗਦੇ ਸਿਰਫ ਕੁਆਲੀਫਾਇਰ ਨੇਚਰ ਦਾ ਫਿਜ਼ੀਕਲ ਟੈਸਟ ਹੁੰਦਾ ਹੁਣ ਸੋ ਜਿਹੜੇ ਨੰਬਰ ਤੁਹਾਡੇ ਬੇਸ ਮੈਰਿਟ ਬਣਦੀ ਉਹ ਤੁਹਾਡੇ ਪੇਪਰ ਤੇ ਬੇਸ ਤੇ ਹੀ ਬਣਦੀ ਆ ਜੀ ਤੇ ਆਪਣੀ ਤਿਆਰੀ ਰੱਖੋ ਸਾਰਿਆਂ ਨੇ 올 ਦੀ ਬੈਸਟ